सत श्री अकाल प्यारे बच्चों, प्यारे बच्चों, रोजाना की तरह आज फिर आपां पंजाब अचीवमेंट सर्वे 2020 दी अगली तैयारी करांगे। तां बच्चों, जमात पंजवी विशा पंजाबी वर्कशीट नंबर 4 दे आज आपां अगले प्रश्न करांगे। तां बच्चों, वर्कशीट नंबर 4 दा 19वां प्रश्न है, कोई 10 चंगियां आदतां दी सूची बनाओ। हां जी बच्चों, तो आपां चंगियां आदतां बारे लिखना है। पहला है, सानू सवेरे जल्दी उठना चाहिदा है। हां जी बच्चों, सानू हर रोज सवेरे जल्दी उठना चाहिदा है। दूसरा, सानू सवेरे उठ के कसरत करनी चाहिदी है। ਵੱਡਿਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਹਾਂਜੀ ਬੱਚਿਓ, ਸਾਨੂੰ ਆਪਣੇ ਤੋਂ ਵੱਡਿਆਂ ਦਾ ਹਮੇਸ਼ਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਭੈਣਾਂ ਭਰਾਵਾਂ ਅਤੇ ਹੋਰ ਸਭ ਨਾਲ ਪਿਆਰ ਕਰਨਾ ਚਾਹੀਦਾ ਹੈ। ਹਾਂਜੀ ਬੱਚਿਓ, ਸਾਨੂੰ ਆਪਣੇ ਭੈਣਾਂ ਭਰਾਵਾਂ ਅਤੇ ਹੋਰ ਪਰਿਵਾਰ ਦੇ ਮੈਂਬਰ ਜਾਂ ਸਮਾਜ ਦੇ ਮੈਂਬਰ ਸਭ ਨਾਲ ਪਿਆਰ ਭਰਿਆ ਵਤੀਰਾ ਕਰਨਾ ਚਾਹੀਦਾ ਹੈ। ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਹਾਂਜੀ ਬੱਚਿਓ, ਸਾਨੂੰ ਵਿਹਲੇ ਨਹੀਂ ਸਮਾਂ ਬਿਤਾਉਣਾ ਚਾਹੀਦਾ। ਘਰ ਦੇ ਕੰਮਾਂ ਵਿੱਚ ਆਪਣੇ ਪੇਰੈਂਟਸ ਦਾ ਹੱਥ ਵਟਾਉਣਾ ਚਾਹੀਦਾ ਹੈ। ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਬੱਚਿਓ, ਸਮਾਂ ਬਹੁਤ ਕੀਮਤੀ ਹੈ, ਇਸ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਸਮਾਂ ਇੱਕ ਵਾਰ ਲੰਘ ਜਾਂਦਾ ਹੈ ਤਾਂ ਉਹ ਮੁੜ ਕੇ ਵਾਪਿਸ ਨਹੀਂ ਆਉਂਦਾ। ਸਦਾ ਸੱਚ ਬੋਲਣਾ ਚਾਹੀਦਾ ਹੈ। ਹਾਂਜੀ ਬੱਚਿਓ, ਸਾਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਹਮੇਸ਼ਾ ਸੱਚ ਹੀ ਬੋਲਣਾ ਚਾਹੀਦਾ ਹੈ, ਕਿਉਂਕਿ ਬੱਚਿਓ, ਜੇਕਰ ਅਸੀਂ ਸੱਚ ਬੋਲਦੇ ਹਾਂ ਤਾਂ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ। ਜੇ ਝੂਠ ਬੋਲਦੇ ਹਾਂ ਤਾਂ ਇੱਕ ਝੂਠ ਬੋਲਣ ਲਈ ਸਾਨੂੰ 100 ਝੂਠ ਹੋਰ ਬੋਲਣੇ ਪੈਂਦੇ ਹਨ। ਹਾਂਜੀ, ਅਗਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਚਿੱਤਰ ਨੂੰ ਵੇਖ ਕੇ ਕੁਝ ਸਤਰਾਂ ਲਿਖੋ। ਤਾਂ ਬੱਚਿਓ, ਇਹ ਚਿੱਤਰ ਤੁਹਾਡੇ ਸਾਹਮਣੇ ਹੈ, ਇਸ ਬਾਰੇ ਆਪਾਂ ਕੁਝ ਸਤਰਾਂ ਲਿਖਾਂਗੇ। ਤਾਂ ਇਹ ਤਸਵੀਰ ਜੋ ਹੈ ਉਹ ਸ਼ਹੀਦ ਊਧਮ ਸਿੰਘ ਜੀ ਦੀ ਹੈ, ਠੀਕ ਹੈ। ਇਹਨਾਂ ਬਾਰੇ ਥੋੜ੍ਹੀ ਜਾਣਕਾਰੀ ਲਓ। ਬੱਚਿਓ, ਇਹਨਾਂ ਦਾ ਜਨਮ 26 ਦਸੰਬਰ 1899 ਈਸਵੀ ਦੇ ਵਿੱਚ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਟਹਿਲ ਸਿੰਘ ਅਤੇ ਮਾਤਾ ਜੀ ਦਾ ਨਾਂ ਸ਼੍ਰੀਮਤੀ ਨਰਾਇਣ ਕੌਰ ਜੀ ਸੀ। ਸ਼ਹੀਦ ਊਧਮ ਸਿੰਘ ਜੀ ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਇਹਨਾਂ ਨੇ ਮਾਈਕਲ ਉਡਵਾਇਰ ਨੂੰ ਮਾਰ ਕੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਨਿਭਾਇਆ। ਬੱਚਿਓ, ਇਹਨਾਂ ਨੂੰ 31 ਜੁਲਾਈ 1940 ਈਸਵੀ ਨੂੰ ਅੰਗਰੇਜ਼ਾਂ ਨੇ ਲੰਡਨ ਵਿੱਚ ਫਾਂਸੀ ਦਿੱਤੀ ਸੀ। ਹਾਂਜੀ, ਤਾਂ ਪਿਆਰੇ ਬੱਚਿਓ, ਅੱਜ ਆਪਾਂ ਜੋ ਇਹ ਵੱਡੇ ਵਿਆਖਿਆਪੂਰਕ ਪ੍ਰਸ਼ਨ ਕੀਤੇ ਹਨ ਵਰਕਸ਼ੀਟ ਨੰਬਰ 4 ਦੇ, ਇਹ ਸਾਰਿਆਂ ਨੇ ਧਿਆਨ ਨਾਲ ਆਪਣੀ ਕਾਪੀ 'ਤੇ ਲਿਖਣੇ ਹਨ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ। ਧੰਨਵਾਦ।